ਹੁਣ ਹੀ ਪੁੱਛ ਘਰ ਤੇ ਕਿੰਨੇ ਚਿਰ ਬਾਅਦ, ਸਵੇਰ ਤੇ ਗਏ ਨੀ ਕਰਨਾ, ਹੋ ਗਿਆ 8 ਵਜ ਗਏ, ਫੇਰ ਰਹਿਣ ਦੇ ਇੱਥੇ ਟੰਗਿਆ ਬੱਤੀ ਨਾ ਮੈਂ ਡੈਡੀ ਆਖਣ ਬੱਤੀ ਨਾਲ ਆਖਿਆ ਬਾਂਦਰ ਤੇ ਕੀ ਕਰਦੇ ਆਹੋ ਇਹਦੇ ਵੇਖ ਕੇ ਮਾਂਦਰਾ ਪੈਂਦਾ ਤੇਰਾ ਸੁਣਾ ਲੈ ਗਿਆ ਚਾਹ ਪੀ ਲਾ ਲਾਗੇ ਹੀ ਰਹਿ ਗਏ ਸ਼ੋਪਿੰਗ ਕਰਨੀ ਕਿਉਂਕਿ ਉਹਨਾਂ ਦੀ ਤਿਆਰੀ ਹੋ ਚੁੱਕੀ ਹੈ ਜਾਣ ਦੀ ਵਾਪਸੀ ਦੀ ਤੇ ਇੱਧਰ ਦੀ ਰੋਟੀ ਲੈ ਕੇ ਆ ਚੁੱਕੀ ਹੈ ਤੇ ਹੁਣ ਮੈਂ ਖਾਣਾ ਪਾਣੀ ਖਾ ਕੇ ਤੇ ਅਜੇ 9 ਨਹੀਂ ਵਜੇ 8:30 9 ਵਜੇ ਘਰੋਂ ਤੁਰਨਾ 10 ਵਜੇ ਸਿੱਧਾ ਦਰਬਾਰ ਸਾਹਿਬ ਸ਼ਹੀਦਾਂ ਸਾਹਿਬ ਫਿਰ ਅਸੀਂ ਸ਼ੋਪਿੰਗ ਕਰਨੀ ਅਤੇ ਫਿਰ ਘਰ ਆਉਣਾ ਅੱਜ ਦੀ ਰਾਤ ਉਹ ਇੱਥੇ ਰੁਕਣਗੇ ਕੱਲ੍ਹ ਫਿਰ ਵਾਪਸੀ ਕਰਨਗੇ ਉਸ ਤੋਂ ਬਾਅਦ ਉਹਨਾਂ ਦੀ ਫਲੈਟ ਹੈ ਸਿੱਧੀ ਆਪਣੇ ਦੇਸ਼ ਦੀ ਅਤੇ ਆਪਾਂ ਵੀ ਆਪਣੇ ਕੰਮਾਂ ਕਾਰਾਂ 'ਤੇ ਲੱਗਾਂਗੇ ਇਸ ਕਰਕੇ ਅਸੀਂ ਵਿਹਲੇ ਥੋੜ੍ਹਾ ਇੰਜੋਏ ਕਰ ਲਿਆ 40 ਦਿਨ ਬਹੁਤ ਵਧੀਆ ਰਹੇ ਅਤੇ ਹੁਣ ਅਸੀਂ ਮਿਲਾਂਗੇ ਫਿਰ ਤੁਹਾਨੂੰ ਮਤਲਬ ਇੱਥੇ ਮੇਰੇ ਜੋੜਾ ਪਿਆ ਕਾਲਾ ਜਿਹਾ ਬੂਟਾ ਦਾ ਉਹ ਫੜਾ ਦੇ ਤੇ ਜਰਾ ਬੋਲ ਦੇ ਸਿਆਲ ਵਾਲੇ ਕੱਪੜੇ ਸਾਂਭਣ ਨਹੀਂ ਮੈਨੂੰ ਬੜਾ ਮਜ਼ਾ ਨਹੀਂ ਆਉਂਦਾ ਕੰਮ ਦੱਸ ਕੇ ਮੇਰਾ ਜੀ ਕਹਿੰਦਾ ਕੰਮ ਦੱਸੀ ਜਾਵਾਂ ਬੈਠਾ ਦੱਸੀ ਜਾਵਾਂ ਕਾਲੇ ਤੇ ਮੈਨੂੰ ਐਂ ਸ਼ਾਂਤੀ ਜੀ ਮੇਰੇ ਦਿਮਾਗ ਨੂੰ ਮਿਲਦੀ ਰਹਿੰਦੀ ਕੰਮ ਦੱਸ ਕੇ ਮੈਨੂੰ ਹੁੰਦਾ ਵਾਹ ਵਾਹ ਬੰਦਾ ਕੰਮ ਹੀ ਲਾ ਅੰਦਰ ਜਿਹੜੇ ਪਏ ਮੈਂ ਸੁੱਖ ਨੂੰ ਲੈ ਤੇ ਸੁੱਖ ਰੋਟੀਆਂ ਤੇ ਰੋਟੀਆਂ ਖਾਈ ਜਾਂਦੀ ਤੁਰਨੇ ਡੀ 11 ਵੱਜ ਗਏ ਹੁਣ ਇਹਨਾਂ ਜਾਣਾ ਦਰਬਾਰ ਸਾਹਿਬ ਉਹ ਤੋਂ ਬਾਅਦ ਸ਼ਹੀਦਾਂ ਸਾਹਿਬ ਫਿਰ ਕਰਨੀ ਸ਼ੋਪਿੰਗ ਅਤੇ ਫਿਰ ਇਹਨਾਂ ਬਾ ਮਾਰ ਜਾਣੀ ਉਡਾਰੀ ਬਹੁਤ ਘੁੰਮ ਫਿਰ ਲਿਆ ਤੁਸੀਂ ਬੜੇ ਮੌਜਾਂ ਲਈਆਂ ਤੁਸੀਂ ਹਾਂ ਜੀ ਹੁਣ ਕਰਨਾ ਹੀ ਆ ਫਿਰ ਉੱਥੇ ਜਾ ਕੇ ਦੋਵੇਂ ਜਣੇ ਰਹੇ ਨਾ ਤੁਸੀਂ ਭਾਈ ਨੇ ਕੰਮ ਦੇ ਚਲੇ ਨਾ ਤੂੰ ਸਾਰੀ ਦੇਰੀ ਘਰੇ ਹੀ ਹੈਂ ਔਖਾ ਕੰਮ ਹੈ ਅਸੀਂ ਪਹੁੰਚੇ ਸ਼ਹੀਦਾਂ ਸਾਹਿਬ ਤਾਂ ਪਾਰਕਿੰਗ ਦੀ ਬਹੁਤ ਸਮੱਸਿਆ ਜੇ ਤਾਂ ਅੱਜ ਵੀਰਵਾਰ ਹੈ ਤਾਂ ਵੀ ਆਹ ਹਾਲ ਹੈ ਅਤੇ ਜੇ ਸੰਡੇ ਹੁੰਦਾ ਫਿਰ ਤਾਂ ਬਿਲਕੁਲ ਨਹੀਂ ਮਿਲਣੀ ਅਤੇ ਹੁਣ ਅਸੀਂ ਹੋਸਪਿਟਲ ਦੇ ਬਾਹਰ ਗੱਡੀ ਲਾ ਕੇ ਅਤੇ ਫਿਰ ਅਸੀਂ ਮੱਥਾ ਟੇਕਣ ਜਾਣ ਡੇ ਅਤੇ ਦਰਬਾਰ ਸਾਹਿਬ ਜਾਣਾ ਦਰਬਾਰ ਸਾਹਿਬ ਪੁੱਲ ਦੇ ਉੱਤੇ ਵੀ ਇੰਨੀ ਸੰਗਤ ਸੀ ਕਿ ਉੱਥੇ ਵੀ ਮਤਲਬ ਵੀ ਪੂਰੀ ਪਾਰਕਿੰਗ ਫੁੱਲ ਹੈ ਅੱਜ ਅੱਜ ਪਤਾ ਨਹੀਂ ਕੋਈ ਦਿਨ ਤਿਉਹਾਰ ਹੈ ਜਾਂ ਕੁਛ ਉੱਦਾਂ ਵੀ ਵੈਸੇ ਵੀ ਸੰਗਤ ਬਹੁਤ ਹੁੰਦੀ ਹੈ ਅੰਮ੍ਰਿਤਸਰ ਅਤੇ ਜਿੰਨੇ ਆਉਣਾ ਥੋੜ੍ਹਾ ਜਿਹਾ ਟ੍ਰੈਫਿਕ ਦਾ ਆਪਣਾ ਹਿਸਾਬ ਦਾ ਲਾ ਕੇ ਟਾਈਮ ਕੱਢ ਕੇ ਆਵੇ ਕਿਉਂਕਿ ਪਾਰਕਿੰਗ ਬਹੁਤ ਔਖੀ ਮਿਲਦੀ ਹੁਣ ਅਸੀਂ ਪਹੁੰਚੇ ਸ਼ਹੀਦਾਂ ਸਾਹਿਬ ਮੱਥਾ ਟੇਕਣ ਲਈ ਅਤੇ ਇਸ ਤੋਂ ਬਾਅਦ ਜਾਵਾਂਗੇ ਦਰਬਾਰ ਸਾਹਿਬ ਅਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਮਹਾਰਾਜ ਦੀ ਸਬਜ਼ੀ ਲਈ ਮੱਥਾ ਅਸੀਂ ਟੇਕ ਲਿਆ ਅਤੇ ਹੁਣ ਲੱਡੂਆਂ ਦੀ ਵਾਰੀ ਆ ਗਈ ਸੁੱਖ ਤਾਂ ਲੱਡੂ ਤੋਂ ਬਿਨਾਂ ਜਾਂਦੀ ਨਹੀਂ ਸ਼ਹਿਰ ਤੋਂ ਹੈਂ ਅਤੇ ਹੋਰ ਕੀ ਇਹ ਲੱਡੂ ਦੇ ਬਹੁਤ ਫੈਨ ਆ ਲੱਡੂਆਂ ਦੀ ਅਤੇ ਮੈਂ ਵੀ ਖਾ ਹੀ ਲੈਂਦਾ ਚੱਲ ਲੱਗਦੇ ਹੱਥ ਆ ਚੁੱਕੇ ਦਰਬਾਰ ਸਾਹਿਬ ਤੇ ਸੁੱਖ ਭੈਣ ਤੇ ਭਾਅ ਜੀ ਇਸ਼ਨਾਨ ਕਰਨ ਲੱਗੇ ਅਤੇ ਮੈਂ ਇਹਨਾਂ ਦਾ ਪਰਸ ਫੜ ਕੇ ਖਲੋਤਾ ਹੁਣ ਦਰਬਾਰ ਸਾਹਿਬ ਮੱਥਾ ਟੇਕ ਲਿਆ ਮੈਂ ਸੁੱਖ ਦੇ ਭਾਅ ਜੀ ਗਏ ਆਪਣਾ ਉਹ ਜਲ ਛਕਣ ਅਤੇ ਹੁਣ ਆਉਂਦੇ ਕੁਲਫੀ ਅਸੀਂ ਪੀ ਉਹ ਦੂਜੀ ਲੈਣਾ ਉਹ ਕੀ ਹੁੰਦਾ ਬਦਾਮ ਸ਼ੇਕ ਉਹ ਪੀਣਾ ਚੱਲੀਏ ਬਹੁਤ ਘੈਂਟ ਲੱਗਣ ਦੇ ਚਲੋ ਚੱਲੀਏ ਸੁੱਖ ਨੂੰ ਮੋਟੂ ਪਤਲੂ ਦਾ ਰਾਈ ਚੌਂਕ ਬੜੇ ਚੇਤੀ ਲੱਭਣ ਡੀ ਲੱਭ ਗਿਆ ਇਹਦੇ ਕੱਲਾ ਮੋਟੂ ਪਤਲੂ ਨਹੀਂ ਆਹ ਹੈ ਪਤਲੂ ਵੀ ਹੈਗਾ ਆ ਭਾਜੀ ਪਤਲੂ ਵੀ ਹੈਗਾ ਮੋਟੂ ਇੱਕ ਹੋਰ ਹੁੰਦਾ ਜਿਹੜਾ ਜੋੜੀ ਨਹੀਂ ਹੈਗਾ ਇੱਕੋ ਹੀ ਹੈ ਚੱਲ ਕੋਈ ਨਹੀਂ ਇੱਕ ਹੀ ਬਣਾ ਇਹ ਲੈਣਾ
ਆ ਫੜੀਏ ਬਾਂਦਰ ਲਿਆ ਚੁੱਕਣੇ ਕਰਨੇ ਵਾਲੇ ਤਾਂ ਗੱਲ ਚ ਪਾਉਣ ਜਾ ਕੇ ਦੇਖਾਂਗੇ ਹੁਣ ਕਰ ਜਾਣਗੇ ਇਹਨਾਂ ਨੂੰ ਮੈਂ ਉਹ ਪੌੜੀਆਂ ਤੋਂ ਲਿਆਉਂਦਾ ਥੱਲੇ ਮਰ ਚਲੇ ਤੁਰ ਤੁਰ ਕੇ ਪਾਰਕਿੰਗ ਨਹੀਂ ਲੱਭੀ ਸਭ ਤੋਂ ਉੱਤੇ ਗੱਡੀ ਲਾਈ ਅਸੀਂ ਸਭ ਤੋਂ ਉੱਤੇ ਟੋਪ 'ਤੇ ਆ ਜਾ ਬਿਲਡਿੰਗ ਹੋਰ ਉੱਚੀ ਇਹਦੇ ਨਾਲ ਓਹੋ ਥੱਕ ਗਏ ਹੁਣ ਅਸੀਂ ਪਹੁੰਚੇ ਕੱਪੜੇ ਲੈਣ ਦੇ ਸੌਖੇ ਲੱਗੀ ਇੱਕ ਸਿਆ ਗਰਮੀ ਇੰਨੀ ਗੋਰੇ ਗੋਰੇ ਸਿਆਲ ਵਾਲੇ ਕੱਪੜੇ ਲੈਣ ਦੀ ਅਤੇ ਹਿੱਲਦ ਨਹੀਂ ਗਈ ਕਿਤੇ ਹਾਂ ਕਿ ਤੁਹਾਡੇ ਠੰਡ ਆ ਨਾਈ ਸਮਾਈਲ ਬਹੁਤ ਹਾਸਾ ਹੈ ਬਰ ਪੈਂਦੀ ਤੁਹਾਡੇ ਗਰਮੀ ਆ ਜੀ ਝੂਠ ਦੇ ਦੋ ਤਿੰਨ ਸਾਲ ਦਾ ਕੋਟਾ ਇੱਕ ਵਾਰੀ ਗਰੀਬ ਚੱਲੇ ਹੈ ਨਾ ਆਉਣਾ ਨਾ ਪਵੇ ਹੈ ਨਾ ਅੰਦਰ ਭਾਈ ਸਿਆਲ ਵਾਲੇ ਚੜ੍ਹੀ ਜਾ ਇੰਨੇ ਕੱਪੜੇ ਆਉਂਦੇ ਅਗਲੇ ਸਾਲ 'ਚ ਮੈਂ ਆਉਣਾ ਅਤੇ ਸਿਆਲ ਵਾਲੇ ਸਾਰੇ ਉੱਥੇ ਪਾਉਣੇ ਠੀਕ ਹੈ ਮੋਟਾ ਜਿਹਾ ਢਿੱਡ ਖਿੱਚ ਕੇ ਜਿੱਪਾ ਮਾਰਦਾ ਮੁੰਡਿਆ ਗਈ ਤੂੰ ਕਿੱਧਰ ਚੜ੍ਹੀ ਜਾਂਦੀ ਪਸੰਦ ਆ ਗਿਆ ਤੈਨੂੰ ਹੈ ਇਹ ਲੱਗੀ ਦੋ ਜਣੇ ਇੱਦਾਂ ਦੀ ਲੈ ਲਓ ਇੱਕ ਲੈ ਲਓ ਇਹੋ ਵੱਡਾ ਸਾਈਜ਼ ਆਹੋ ਮੈਂ ਵੇਖੀ ਫੋਟੋ ਤੁਹਾਡੀ ਉਹਦੇ ਮਗਰ ਕੀ ਕਹਿੰਦੇ ਉਹਨੂੰ ਬੋਲ ਦੀਏ ਤੇ ਹਨਾ ਲੈ ਮੈਂ ਕਰਦਾ ਵੀਰ ਨੇ ਕਿਆ ਵਾਲਾ ਕੰਮ ਚੰਗਾ ਕੀਤਾ ਜੀ ਸਿਰ ਪੀੜ ਬੜੀ ਹੋਣ ਡੀ ਸਿਰ ਪੀੜ ਬੜੀ ਹੋਣ ਡੀ ਸਵੇਰ ਦੇ ਦਰਬਾਰ ਸਾਹਿਬ ਸੰਗਤ ਬੜੀ ਅੱਜ ਪਾਰਕਿੰਗ 'ਚ ਜਗ੍ਹਾ ਨਹੀਂ ਬੜੀ ਸਾਨੂੰ ਥੱਕ ਹੀ ਗਏ ਕਾਫੀ ਸਮਾਨ ਲੈ ਲਿਆ ਲੋਟਰ ਮਾਰੀ ਸੁੱਖ ਨੇ ਲਿਖਾ ਫੜਿਆ ਸੁੱਖ ਨੇ ਇੱਕ ਬੰਦੇ ਵਾਲਾ ਟਰੈਕ ਸੂਟ ਲੈ ਲਿਆ ਨਹੀਂ ਲਿਆ ਕੈਂਸਲ ਕਰਤਾ ਆਹ ਪਵਾ ਦਿੰਦੇ ਗਾਰਡ ਭਾਈ ਨੂੰ ਗਾਰਡ ਪਵਾ ਦਿਆ ਵਿੱਚ ਸਵੇਰ ਤੋਂ ਸ਼ਾਮਾਂ ਦਾ ਵੇਲਾ ਹੋ ਗਿਆ ਮੈਨੂੰ ਯਾਦ ਸੁੱਖ ਹੋਣੀ ਆਇਆ ਸਾਰੀ ਸ਼ੋਪਿੰਗ ਖਤਮ ਕਰਨ ਨਹੀਂ ਲਿਆਏ ਮੈਨੂੰ ਨਾਲ ਖਵਾਇਆ ਇਹਨਾਂ ਮੈਨੂੰ ਕੱਖ ਨਹੀਂ ਪ੍ਰਸ਼ਾਦ ਖਵਾਇਆ ਬਾਬੇ ਦਾ ਅਤੇ ਉੱਤੋਂ ਸਿਵਾਏ ਮੈਨੂੰ ਇੰਨਾ ਲੰਗਰ ਛਕ ਲਾ ਹੁਣ ਲੰਗਰ 'ਚ ਵੀ ਸੰਗਤ ਜ਼ਿਆਦਾ ਜੇ ਮੈਂ ਲੰਗਰ ਛਕ ਲਾ ਤਾਂ ਫਿਰ ਮੈਨੂੰ ਨੌਵੇਂ ਵੱਜ ਜਾਣੇ ਹੈਂ ਹੁਣ ਆ ਗਿਆ ਪਤਾ ਨਹੀਂ ਕੱਪ ਕੁੱਪ 'ਚ ਕਿੰਨਾ ਸਮਾਨ ਲੈ ਲਿਆ ਜੇ ਭਾਜੀ ਹਟ ਨਹੀਂ ਡਿਆ ਹਾਂ ਬੈਗ ਪੂਰਾ ਜੂ ਇਹਦਾ ਅੱਛਾ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਯੂਟਿਊਬ ਚੈਨਲ 'ਤੇ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਹੀ ਘੈਂਟ ਹੋ ਗਏ ਅਤੇ ਅੱਜ ਅਸੀਂ ਗਰਮੀ ਕਾਫੀ ਜ਼ਿਆਦਾ ਹੋ ਗਈ ਆ ਅੱਜ ਕਿਤੇ ਨਹੀਂ ਜਾਣਾ ਰਿਸ਼ਤੇਦਾਰ ਕਿਸੇ ਕੋਲ ਜਾਣਾ ਪਰ ਮੈਂ ਸ਼ਾਇਦ ਜਾਂ ਥੋੜ੍ਹੇ ਕੰਮ ਕੁੰਮ ਜਿਹੜੇ ਅਸੀਂ ਕਰਨ ਵਾਲੇ ਸੀ ਆਪਣੇ ਉਹ ਕਰਕੇ ਆਉਣੇ ਅੱਜ ਅਤੇ ਮੈਂ ਤਿਆਰ ਹੋ ਗਈ ਹਾਂ ਅਤੇ ਵੇਟ ਕਰ ਜਿੰਦਰ ਹੋਣੀ ਵੀ ਸੁੱਖ ਦੀ ਜੀ ਮੈਂ ਲੈਣ ਗਏ ਇੱਕ ਤਾਂ ਸੁਸਤੀ ਵਾਲੇ ਦਿਨ ਇੰਨੇ ਹੋ ਗਏ ਹੁਣ 10-11 ਵੱਜ ਗਏ ਜੀ ਕਰਦੇ ਕਿ ਸੌਂ ਜਾਈਏ ਪਰ ਇਹ ਕਿ ਜੋ ਇੱਕ ਘਰ ਕਰਪੀਏ ਫਿਰ ਤਾਂ ਕੋਈ ਟੈਨਸ਼ਨ ਨਹੀਂ ਹੁੰਦੀ ਪਰ ਮੇਰਾ ਕੰਮ ਕਾਫੀ ਜਵਾ ਹੈ ਜਿਹੜਾ ਇੱਧਰ ਤੋਂ ਚੱਲ ਜਾਈਦਾ ਜਾਂ ਕੋਈ ਭੈਣ ਭਰਾ ਆ ਜਾਂਦਾ ਘਰ ਬੜੀ ਮੁਸ਼ਕਲ ਹੁੰਦੀ ਬਾਅਦ 'ਚੋਂ ਪਰ ਸਾਰਿਆਂ ਨੇ ਆਪਣੇ ਕੰਮੀ ਲੱਗ ਜਾਣਾ ਦੀ ਸੁੱਖ ਦੀਦੀ ਹੁਣੀ ਚੱਲ ਗਏ ਆ ਅਤੇ ਸੋਰੀ ਦੀਪ ਦੀਦੀ ਨਹੀਂ ਚੱਲ ਗਏ ਸੁੱਖ ਦੀਦੀ ਹੁਣਾਂ ਦੇ ਵੀ 2-3 ਦਿਨ ਰਹਿ ਗਏ ਇਹਨਾਂ ਨੇ ਆਪਣੇ ਵਿਚਾਰਿਆਂ ਨੇ ਮਤਲਬ ਚੱਲ ਜਾਣਾ ਅਤੇ ਜਤਿੰਦਰ ਹੈ ਜਤਿੰਦਰ ਦਾ ਮੇਨ ਹੁੰਦਾ ਅਤੇ ਉਹਨੇ ਵੀ ਆਪਣੀ ਡਿਊਟੀ 'ਤੇ ਚੱਲ ਜਾਣਾ ਮਗਰ ਅਸੀਂ ਆਣ ਕੇ ਅਤੇ ਫਿਰ ਇਹਨਾਂ ਨੂੰ ਮਿਲਦੇ ਹਾਂ ਸੱਸੂ ਜੀ ਅਸੀਂ ਬਣਾ ਲਈ ਸਾਰੇ ਕੰਮ ਕਰਕੇ ਅਤੇ ਫਿਰ ਆਪਾਂ ਚੱਲੇ ਹੁਣ ਘਰ ਨੂੰ ਐਕਟਿਵਾ ਕਰੀਏ ਸਟਾਰਟ ਫਿਰ ਗੁਰਨਵਾਜ ਨੂੰ ਕਿੰਨੇ ਕੰਮ ਹੋ ਜਾਂਦੇ ਫਿਰ ਵੀ ਜਿੰਨਾ ਮਰਜ਼ੀ ਉਹ ਡੀਡੀ ਕੰਮ ਕਰ ਲੈਂਦੇ ਰੋਟੀ ਪਾਣੀ ਬਣਾ ਲੈਂਦੇ ਪਰ ਕੰਮ ਆਪ ਨੂੰ ਕਰਨੇ ਪੈਂਦੇ ਕੱਪੜੇ ਧੋਤੇ ਗੁਰਨਵਾਜ ਦੇ ਫਿਰ ਉਹਦੇ ਨਹਾਇਆ ਧੋਇਆ ਗਰਮੀ ਆ ਹੁਣ ਡੇਲੀ ਉਹਦਾ ਮੈਂ ਨਹਾਉਣਿਆ ਹੁੰਦਾ ਉਹਨੂੰ ਅੱਗੇ ਸਿਆਲ ਹੀ ਉਹਦੇ ਇੱਕ ਦਿਨ ਛੱਡ ਕੇ ਨਾ ਹੁਣੇ ਡੇਲੀ ਉਹਦੇ ਮਤਲਬ ਫਿਰ ਕੁਛ ਬਣਾ ਖਵਾਇਆ ਉਹਨੂੰ ਗੁਰਨਵਾਜ ਨੂੰ ਪਤਾ ਮੇਰੀ ਭੈਣ ਇੱਕ ਕੀ ਆਖਣ ਦੀ ਤੁਸੀਂ ਕੀ ਬਣਾ ਖਵਾਉਂਦੇ ਹੋ ਚੇਤਾ ਨਹੀਂ ਜਦੋਂ ਆਊਗਾ ਚੇਤਾ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਅਤੇ ਹੁਣ ਆਪਾਂ ਚੱਲੇ ਹਾਂ ਠੀਕ ਹੈ ਬਾਏ ਹਾਂਜੀ ਬਿਲ ਪੂੜੀ ਖਾਣ ਲੱਗੇ ਬੜੀ ਭੁੱਖ ਲੱਗੀ ਬੜੇ ਦਿਨਾਂ ਬਾਅਦ ਖਾਣ ਲੱਗੀ ਮੈਂ ਬੜਾ ਮਜ਼ਾ ਆਉਣ ਵਾਲਾ ਹੈ ਕਾਹਲ ਵੇਖੋਗੇ ਲਾਲ ਡਿੱਗਦੀਆਂ ਨਹੀਂ ਨਹੀਂ ਆਪਣੀ ਮੰਮੀ ਦਾ ਸੁਨੇਹਾ ਲੈ ਕੇ ਆ ਗਈ ਚਾਹ ਪੀ ਲਾ ਲਾਗੇ ਅਸੀਂ ਵੀ ਆ ਗਏ
ਨਹੀਂ ਤੇ ਤੈਨੂੰ ਸਾਡੇ ਨਾਲ ਕੀ ਪ੍ਰੋਬਲਮ? ਜੇ ਤੂੰ ਜਾਣਾ ਬਜ਼ਾਰਾ ਪਹਿਲੇ ਤੂੰ ਬੋੜਦਾ ਕਿਤੇ ਕਮਰ ਤੇ ਗਿਆ ਪੋੜਿਆ ਕਿਤੇ ਹੈ ਹੁਣ ਇਹ ਕਿੱਥੇ ਆਉਣਾ? ਬਣਾ ਕੇ ਫਿਰ ਮੈਂ ਲੱਗੀ ਆ ਆਪਣੇ ਕੰਮ ਕਰਨ। ਤੇ ਮੇਰੀ ਸੋਹਣੀ ਗੱਡੀ ਆ ਗਈ, ਮੇਰੀ ਸੋਹਣੀ ਗੱਡੀ ਆ ਗਈ, ਮੇਰੀ ਸੋਹਣੀ ਗੱਡੀ ਆ ਗਈ। ਚਲੋ ਚਲੋ ਦਾਦੀ ਦੇ ਪਾਸ, ਦਾਦੀ ਪਾਸ ਜਾਓ। ਹਾਂ ਤੈਨੂੰ ਮਾਰੀ ਪੂਰੀਆਂ ਮੱਜਾਂ ਮਾਰਦਾ ਕਿ ਨਹੀਂ ਚੱਕਰ? ਦਾਦੀ ਦੀ ਤਾਂ ਇੱਦਾਂ ਘੁਮਾ ਕੇ ਲਿਆਵੇ, ਬਾਹਰ ਘੁੰਮ ਕੇ ਆਓ। ਹਾਂ ਸਬਜ਼ੀ ਬਣਾ ਕੇ ਫਿਰ ਆਪਾਂ ਚੱਲਦੇ ਹਾਂ, ਨਾਲ ਚਾਹ ਚਾਹ ਬਣਾ ਲਿਆ ਤੂੰ। ਹਾਂਜੀ ਕੀਤੇ, ਮੈਨੂੰ ਖੁਦ ਨਹੀਂ ਪਤਾ ਹੁੰਦਾ ਮੈਂ ਕੀ ਕੀ ਆਰਡਰ ਕੀਤਾ। ਮੈਂ ਪਾਰਸਲ ਮੰਗਾਏ ਵੇਹਨੇ ਭਲਾ ਕੀ ਨਿਕਲਦਾ ਇਹਦੇ 'ਚ। ਇੱਕ ਤਾਂ ਮੈਂ ਆਇਲ ਜਿਹਾ ਮੰਗਾਇਆ ਸੀ ਕਿਉਂਕਿ ਮੈਂ ਅੱਗੇ ਵੀ ਯੂਜ਼ ਕੀਤਾ ਸੀ, ਅਤੇ ਉਹ ਮੰਗਾਇਆ ਸ਼ਾਈਨ ਉਹੀ ਹੋਏ। ਨਹੀਂ ਜੀ ਮੈਂ ਮੰਗਾਈ ਕਰੀਮ, ਬੜੀ ਵਧੀਆ ਹੈ ਇਹਦਾ ਵੀ ਤੁਹਾਨੂੰ ਮੈਂ ਦੱਸੂਗੀ ਵੀਡੀਓ 'ਚ, ਬਾਅਦ ਬੜੀ ਵਧੀਆ ਰਿਜ਼ਲਟ, ਕਾਫੀ ਵਧੀਆ। ਇੱਕ ਇਹਦੇ 'ਚ ਪਤਾ ਨਹੀਂ ਕੀ ਹੋ ਸਕਦਾ, ਚੁੱਕ ਕੇ ਆਰਡਰ ਕਰ ਲਈ ਤਾਂ ਪਤਾ ਨਹੀਂ ਕੀ ਕੀ ਸ਼ਾਈਨ ਦੀ ਸ਼ਾਈਨ ਆਇਲ ਹੋਊਗਾ। ਬਾਅਦ ਚੇਤਾ ਆਉਂਦਾ ਮੈਨੂੰ ਕੀ ਮੰਗਾਇਆ। ਮੇਰਾ ਗੈਸ ਸਹੀ ਪਿਆ? ਨਹੀਂ ਨਹੀਂ ਹੋਰ ਕੁਛ ਸਿਰਮ ਮੰਗਾਇਆ ਸੀ ਇੱਕ ਟਾਈਮ, ਉਹ ਹੋ ਸਕਦਾ। ਇੱਕ ਮੈਂ ਫਾਊਂਡੇਸ਼ਨ ਮੰਗਾਈ ਸੀ ਉਹ ਆ ਗਈ, ਪਰ ਇਹ ਕੀ ਹੋ ਸਕਦਾ? ਰੋਜ਼ ਵਾਟਰ ਸੱਚ, ਹਾਂ ਇਹਦਾ ਦੋਵੇਂ ਪਾਰਸਲ ਮੇਰੇ ਆ ਗਏ। ਚਲੋ ਜੀ ਕੱਲ੍ਹ ਜੇ ਠੰਡ ਪੈ ਗਈ ਪੈਸੇ ਖਰਚ ਕੇ ਗੁਰਨਵਾਲ ਬੜਾ ਖੁਸ਼ ਹੋ ਗਿਆ ਇਹਦੇ ਨਾਲ। ਮੈਂ ਥੱਲੇ ਬਿਠਾ ਤਾ, ਮੈਂ ਵੇਖੀ ਬੜਾ ਕੀ ਕਰਦਾ। ਚੱਲ ਲੈ ਚਲਾਈਏ, ਸੋਹਣੇ ਲੈ ਚਲਾਈਏ, ਆ ਵੇਖਿਓ ਫੜ ਫੜ ਗੁਰਨਵਾਲ, ਫੜੀਏ ਫੜੀਏ ਫੁੱਲ 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 ਅੱਜ 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 ਚਲਾਓ ਚਲਾ ਹੁਣ ਅਸੀਂ ਪੁੱਛ ਘਰ ਤੇ ਕਿੰਨੇ ਚਿਰ ਬਾਅਦ ਸਵੇਰ ਦੇ ਗਏ, ਕਿੰਨਾ ਟਾਈਮ ਹੋ ਗਿਆ? 8 ਵਜ ਗਏ, 12 ਘੰਟਿਆਂ ਬਾਅਦ ਮੈਂ ਘਰ ਦੇ ਦਰਸ਼ਨ ਕੀਤੇ ਅੱਜ। ਬਹੁਤ ਸ਼ੋਪਿੰਗਾਂ ਕਰਾਈਆਂ ਦੋਵਾਂ ਜਣਿਆਂ ਨੂੰ। ਹੁਣ ਇਹਨਾਂ ਨੇ ਜਹਾਜ਼ ਭਰ ਲਿਆ ਪੂਰਾ ਸੌਦੇ ਦਾ। ਹੁਣ ਭਾਵੇਂ ਕੋਲਡ ਡਰਿੰਕ ਨਹੀਂ ਪੀਣੀ, ਨਹੀਂ ਪਾਣੀ ਪੀਣਾ ਹੀ। ਭਾਜੀ ਨੂੰ ਪੁੱਛ ਲਾ, ਮੈਂ ਐਵੇਂ ਕਹੀ ਜਾਂਦਾ ਚਾਹ ਵਾਕਿਆ ਬਣਾ ਜਬਰਦਸਤ ਜੀ ਸਾਨੂੰ। ਠੰਡ ਠੰਡਾ ਪੈਂਦੀ, ਭੂਆ ਵੀ ਇੱਥੇ ਠੰਡਾ ਪੈਂਦੀ ਦੀਪ ਕਰਦੀ।
ਕਰਦਾ ਕੀ ਖੁਸ਼ ਹੋ ਗਿਆ ਹੋਸ਼ ਹੁੰਦੀ ਆ ਕੋਈ ਆਈ ਦੱਸਣ ਦਿਆ ਹੋਈ ਦੱਸਣ ਦਿਆ ਸੁੱਖ ਦੀਦੀ ਦੀ ਵੱਖਰੀ ਏਦਾਂ ਦੀ ਸੁੱਖ ਨੀ ਲਈ ਤੇ ਮੈਂ ਇੱਕ ਉਹਦੀ ਲੈ ਦੇ ਮੰਨਦੀ ਫਿਰ ਪਿਆਰ ਨਾਲ ਬਸ ਆ ਪਹਿਲਾਂ ਤੇ ਲਾਸਟ ਗਿਫਟ ਭਾਜੀ ਦਾ ਠੀਕ ਹੈ ਗਵਾਹ ਤੁਸੀਂ ਜੇ ਮੰਮੀ ਪਹਿਲਾਂ ਤੇ ਲਾਸਟ ਗਿਫਟ ਇਹਦਾ ਠੀਕ ਹੈ ਗਾਨ ਲਿਆਉਣ ਨਹੀਂ ਨਹੀਂ ਤੂੰ ਏਦਾਂ ਆਖਿਆ ਨਾ ਹੁਣ ਏਦਾਂ ਹੀ ਸਹੀ ਆਹ ਸੁੱਖ ਆਪਣੇ ਵਾਸਤੇ ਲਿਆਈ ਅੱਛਾ ਲੱਭਦੀ ਮੋਟੂ ਤੇ ਪਤਲੂ ਨੀ ਲੱਭਾ ਅਜੇ ਇਹਨੂੰ ਇੱਕੋ ਲੱਭਾ ਇੱਕ ਲੱਭਣਾ ਅਜੇ ਇੱਕ ਆਹ ਲਿਆਉਂਦਾ ਭਾਜੀ ਨੇ ਪਸੰਦ ਕੀਤਾ ਜੀ ਬੱਤੀ ਨਾ ਮੈਂ ਡੈਡੀ ਆਖਣ ਬੱਤੀ ਨਾ ਲਾਖਿਆ ਬਾਂਦਰ ਤੇ ਕੀ ਕਰਦੇ ਮੱਥੇ ਲਾਉਣ ਨੂੰ ਕਹਿ ਦਿੱਤਾ ਤੁਹਾਨੂੰ ਮੱਥੇ ਲਾਉਂਦੀ ਰਹੋ ਦਿਨੇ ਰਾਤ ਲਾਓ ਭਾਵੇਂ ਆਹੋ ਇਹਦੇ ਵੇਖ ਕੇ ਮਾਂਦਰਾ ਪੈਂਦਾ ਤੇਰਾ ਭਾਜੀ ਹੱਸ ਪਈ ਮੇਲਾ ਹੋਰ ਠੀਕ ਠਾਕ ਹੈ ਹੁਣ ਤਿਆਰੀ ਕਰ ਲਈ ਰਾਂਦੀ ਮੈਂ ਜੀ ਨਹੀਂ ਕਰਦਾ ਜਾਣ ਨੂੰ ਸੁੱਖ ਮਾਸਾ ਵੀ ਇਹਦਾ ਕਿੱਥੇ ਜਾਣਾ ਵਾਲ ਸਾਡਾ ਸੂਟ ਪਾਉਂਦੀ ਉੱਧਰ ਨਹੀਂ ਠੀਕ ਹੈ ਕੀ ਹੋ ਗਈ ਆ ਮੋਟੀ ਤੇ ਹੀ ਕੀਤੀ ਆ ਇੱਥੇ ਰਹਿ ਗਈ ਸਾਡੀਆਂ ਅਸੀਂ ਕਹਾ ਕੇ ਮੋਟੀ ਹੋਈ ਹੈ ਨਾ ਲਿੱਸੀ ਇੱਥੇ ਦੀ ਆਈ ਮਾਰੇ ਭਾਈ ਅਸਕਾਲ ਆਈ ਤੇ ਵਰਗਾ ਲਿਆਂਦਾ ਹੀ ਆਈ ਭਾਈ ਅਸਕਾਲ ਤੇਰੇ ਨਾਲ ਆਈ ਸਤਿ ਸ੍ਰੀ ਅਕਾਲ ਕੋਈ ਸੱਤ ਕ ਸੱਤ ਹੈਗੀ ਕਿ ਨਹੀਂ ਇੱਧਰ ਵੀ ਕੋਈ ਪ੍ਰਾਹੁਣਾ ਆਇਆ ਕੋਈ ਫੁੱਫੂ ਆਇਆ ਕੋਈ ਭੂਈ ਆਈ ਆ ਹਾਂਜੀ ਤੇ ਕਾਫੀ ਹਨੇਰਾ ਆ ਗਿਆ ਤੇ ਅੱਜ ਮੈਂ ਇਹਨਾਂ ਨੂੰ ਨਹੀਂ ਮਿਲਿਆ ਮੈਂ ਵੇਖ ਕੇ ਆਈ ਹਾਲ ਚਾਲ ਕੀ ਇਹਨਾਂ ਦੇ ਕਿੱਥੇ ਆ ਰਹਿੰਦੇ ਤੇ ਗਏ ਕਿਤੇ ਜਾਪਦੇ ਇੱਧਰ ਚਾਚੇ ਨੇ ਮੰਜਾ ਲਾਇਆ ਹੈ ਪਰ ਚਾਚਾ ਹੈਗਾ ਨਹੀਂ ਹੈ ਇੱਥੇ ਮਾਸੀ ਇੱਥੇ ਮਾਸੀ ਕਾ ਕੀ ਹਾਲ ਚਾਲ ਆ ਮੈਂ ਅੱਜ ਸਵੇਰ ਦਾ ਸੁੱਖ ਹੋਣਾ ਸ਼ੋਪਿੰਗਾਂ ਕਰਨੇ ਸ਼ੋਪਿੰਗ ਸਤਿ ਸ਼੍ਰੀ ਅਕਾਲ ਖੜਿਆ ਨੀ ਰਹਿਮਤ ਨੂੰ ਹੁਣ ਡੈਡੀ ਆ ਗਏ ਤੇ ਅੱਜ ਦੀ ਰਾਤ ਸੁੱਖ ਸਾਡੇ ਕੋਲ ਸੌਂਗੀ ਬਸ ਇਸ ਤੋਂ ਬਾਅਦ ਦੋਈ ਸਾਲੀ ਤਿੰਨੀ ਸਾਲੀ ਮੇਲ ਹੋਣਗੇ ਪਤਾ ਨਹੀਂ ਹੈ ਦੋਈ ਸਾਲੀ ਆਉਂਦੀ ਕਿ ਤਿੰਨੀ ਸਾਲੀ ਆਉਂਦੀ ਅੱਜ ਦੀ ਰਾਤ ਹੈ ਬਸ ਇੱਥੇ ਲਾਸਟ ਹਾਂ ਫਿਰ ਅਸੀਂ ਕਿਤੇ ਭਾਜੀ ਬਣਾਉਣ ਵਾਲੇ ਬਣਾਂਗੇ ਕੀ ਕਹਿੰਦੇ ਉਹਨੂੰ ਢੋਲੀ 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 ਕਰਾਂਗੇ ਡੈਡੀ ਤੇਰੇ ਕੋਲ ਗਏ ਨੀ ਸੁੱਖ ਸੁੱਖ ਚਾਚਾ ਚਾਚਾ ਵੀ ਨੀ ਆ ਸੋ ਕਹਿ ਚੱਲ ਵੀ ਵਹਿਣ ਜਿੱਦਣ ਇਹ ਗਏ
ਬਾਈ ਸਤਿ ਸ਼੍ਰੀ ਅਕਾਲ, ਮੈਂ ਵੀ ਆਇਆ ਜੀ ਵੀਰ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਭੈਣ ਜੀ, ਅਸੀਂ ਵੀ ਆਏ ਹਾਂ, ਕਿਤੇ ਸੱਤ ਕੁ ਸੱਤ ਕਰ ਦਿਓ ਕਿ ਅਸੀਂ ਘਰੋਂ ਕੱਢੇ ਆ। ਕੋਈ ਇੱਜ਼ਤ ਨਹੀਂ ਪਈ ਆ ਮੇਰੀ, ਕੋਈ ਨਹੀਂ ਪੁੱਛਣਾ ਪੁੱਛਿਆ ਨਹੀਂ ਕਿਸੇ ਨੇ। ਭੱਗਿਆ ਨਹੀਂ ਹੈ ਜੇ ਮੈਂ ਵੀ ਆਇਆ, ਕੋਈ ਮੈਨੂੰ ਸੱਤ ਕੁ ਸੱਤ ਨਹੀਂ ਕਰਦਾ। ਕੋਈ ਗੱਲ ਨੀ ਪੁੱਤ, ਦੱਸੋ ਤੈਨੂੰ ਪਤਾ ਜਦੋਂ ਆਇਆ ਕਹਿੰਦਾ ਗੁਰਨਵਾਇਨੇ ਨੂੰ ਆਉਂਦੇ ਪਛਾਣ ਲਿਆ, ਕਹਿੰਦਾ ਮੇਰਾ ਤਾਇਆ ਲੱਗਣ ਡਿਆ ਵੱਡਾ ਮੈਨੂੰ। ਹੁਣ ਕਾਫੀ ਰਾਤ ਹੋ ਗਈ ਤੇ ਹੁਣ ਸਵੇਰੇ ਮਿਲਾਂਗੇ, ਅੱਜ ਦਾ ਵਲੌਗ ਇੱਥੇ ਖਤਮ ਕਰ ਦਿੰਦੇ, ਬਾਏ ਬਾਏ।